ਕੋਈ ਟੀਚਰ ਨਹੀਂ ਸੀ ਹਾਲਾਤ ਕਿਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਦਾ ਕਮਰਾ ਬਣਾਇਆ ਗਿਆ ਹੋਗਾ ਇੱਕ ਤਰ੍ਹਾਂ ਦੇ ਸਟੋਰ ਰੂਮ ਵੀ ਬਣਾ ਹੋਇਆ ਹੈ ਇਹ ਕਾਂਗਰਸ ਵਾਲੋਂ ਕੋ ਨਾ ਐਸੇ ਸਕੂਲ ਰੱਖਣ ਮਜ਼ਾ ਆਤਾ ਹੈ 2013-14 ਮੇਂ ਹਮਾਰੀ ਸਰਕਾਰ ਦਿੱਲੀ ਮੇਂ ਆਈ ਥੀ ਤਾਂ ਐਸੀ ਕਰ ਰੱਖੇ ਥੇ ਸਕੂਲ ਵਹਾਂ ਵੀ ਵਹਾਂ ਵੀ ਇਹਨਾਂ ਨੇ ਸਕੂਲ ਐਸੇ ਕਰ ਰੱਖੇ ਹੈ ਦਾਗਾ ਚੱਲ ਰਿਹਾ ਹੈ ਕੁਲਪ ਕਰ ਦੀ ਲਾਈ ਚੱਲ ਰਹੀ ਹੈ ਤੁਸੀਂ ਨਾ ਦੇਖ ਸਕਦੇ ਹੋ ਤੁਸੀਂ ਕਿਹੜਾ ਲਾਈਨ ਨੂੰ ਖੜਾ ਤੋਂ ਲਾਈਟ ਆਈ ਜੀ ਲਾਈਟ ਆਈ ਜੀ ਉਹ ਜਾਲੇ ਪੱਤੇ ਨਾਲ ਆਪਣਾ ਪੜਿਆ ਜਾਲੇ ਲੱਗਣਾ ਤਾਂ ਤੁਸੀਂ ਕਿਹੜਾ ਲਾਉਣਾ ਸਰ ਕਿਆ ਮਿਡ ਡੇ ਮੀਲ ਬਣਾ ਰਹੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰੇ ਰੁੱਕ ਜਾਓ ਨਾ ਸਰ ਸਰ ਆ ਗਏ ਆਪਕਾ ਨਾਮ ਹੈ ਮੈਂ ਪੜਾਉਂਗਾ ਇੱਥੇ ਉੱਥੇ ਕੱਪੜੇ ਸੁੱਕੀ ਰਹਿ ਗਏ ਠੀਕ ਹੈ
ਇੱਕ ਹਫ਼ਤਾ ਵੀ ਜਿਹੜਾ ਦੋ ਹੀ ਟੀਚਰ ਪੱਚੀ ਬੱਚੇ ਹਾਲਾਤ ਦੇਖੋ ਕਿੰਨੇ ਵਧੀਆ ਹਾਲਤ ਨਾਲ ਵਧੀਆ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਦਾ ਕਮਰਾ ਬਣਾਇਆ ਗਿਆ ਹੋਗਾ ਸਟੋਰ ਰੂਮ ਵੀ ਬਣਾ ਹੋਇਆ ਤਮਾਮ ਦੌਰਾ ਇਹ ਕਾਂਗਰਸ ਵਾਲੋਂ ਕੋ ਨਾ ਐਸੇ ਸਕੂਲ ਰੱਖਣੇ ਮਜ਼ਾ ਆਤਾ ਹੈ 2013-14 ਮੇਂ ਹਮਾਰੀ ਸਰਕਾਰ ਦਿੱਲੀ ਮੈਂ ਆਈ ਥੀ ਤਾਂ ਐਸੀ ਕਰ ਰੱਖੇ ਥੇ ਸਕੂਲ ਵਹਾਂ ਵੀ ਇਹਨਾਂ ਨੇ ਸਕੂਲ ਐਸੀ ਕਰਦੇ ਪਰਦੇ ਮੇਂ ਤੋ ਕਮਿਸ਼ਨ ਖਾਨੇ ਕੋ ਮਿਲਤਾ ਹੈ ਨਾ ਪਰਦੇ ਸਾਰੇ ਮਹਿੰਗੇ ਵਾਲੇ ਅੜਦੇ ਨਹੀਂ ਹੈ ਕਲਾਸ ਮੇਂ ਜਾਲੇ ਲਗੇ ਹੋਏ ਛੱਤਾਂ ਵਾਲੇ ਮੈਂ ਆਵਾਂ ਤੇਰੇ ਕੱਪੜੇ ਔਰ ਸਟੋਰ ਰੂਮ ਸਾਰੇ ਕਲਾਸ ਰੂਮ ਵੀ ਸਟੋਰ ਰੂਮ ਬਣੇ ਹੋਏ ਵਹੀ ਸਟਾਰਿੰਗ ਟੀਚਰ ਹੈ ਜ਼ਿਆਦਾ ਬੱਚੇ ਸੀ ਹੁਣ ਬਹੁਤ ਘੱਟ ਗਏ ਕਿਉਂਕਿ ਸਫਾਈ ਘੱਟ ਨੇ ਟੀਚਰ ਵਧੀਆ ਹੋਣਗੇ ਸਫਾਈ ਨਹੀਂ ਬੱਚੇ ਆਉਣਗੇ ਟੀਚਰ ਇੱਥੇ ਦੋ ਟੀਚਰ ਹੀ ਹੈ ਬਸ ਆਉਂਦੇ ਨੀ ਕਿਉਂ ਨੀ ਆਉਂਦੇ ਬੱਚੇ ਤੁਹਾਨੂੰ ਕੀ ਲੱਗਦਾ
ਟੀਚਰ ਨਹੀਂ ਹੈ ਟੀਚਰ ਵੀ ਸਟਾਫ ਹੋਏਗਾ ਪੜਾਈ ਹੋਏਗੀ ਫਿਰ ਆਪ ਆਪਣੇ ਬੱਚਿਆਂ ਨੂੰ ਕੰਮ ਪੜਾ ਰਹੇ ਹੋਗੇ ਪ੍ਰਾਈਵੇਟ ਮੈਂ ਨਹੀਂ ਮਜਬੂਰ ਮਜਬੂਰੀ ਨੂੰ ਪੜਾ ਰਹੇ ਹੋ ਪੂਰੀ ਪੜਾ ਰਹੇ ਹੋ ਇਸ ਵਾਰ ਉਰੀ ਲੱਗਿਆ ਹੋਇਆ ਪੂਰੀ ਪੜਾ ਰਹੇ ਹੋ ਇਹ ਇੰਨੀ ਕਿਤੇ ਲੱਗਣੀ ਆ ਮੈਨੂੰ ਪੜ ਲੱਗਣੀ ਕਿ ਇਹ ਮਜਬੂਰ ਹੋ ਕੇ ਇਸ ਬੱਚਿਆਂ ਨੂੰ ਇੱਥੇ ਪੜਾਉਣਾ ਪੈ ਰਿਹਾ ਜੋ ਦੇਖ ਆਪਣੀ ਫਾਈਨੈਂਸ਼ੀਅਲ ਹਾਲਤ ਬਹੁਤ ਜ਼ਿਆਦਾ ਹੈ ਜੀ ਇੱਥੇ ਪਹੁੰਚ ਕੇ ਦੌਰਾ ਕੀਤਾ ਦੇ ਹਲਕੇ ਘੇਰਨ ਦੀ ਤਿਆਰੀ ਮੁੱਖ ਮੰਤਰੀ ਜੀ ਕਹਿੰਦੇ ਕਿ ਪੰਜਾਬ ਕੇ ਸਕੂਲੋਂ ਮੇ ਬੜੀ ਕ੍ਰਾਂਤੀ ਹੋਈ ਹੈ ਪੰਜਾਬ ਕਾ ਸ਼ਿਕਸ਼ਾ ਮਾਡਲ ਦੇਸ਼ ਮੇ ਨੰਬਰ ਵਨ ਹੈ ਤੋ ਮੈਨੇ ਸੋਚਾ ਕਿ ਭਾਈ ਹਮ ਹੀ ਦੇਖ ਲੇਤੇ ਹੈ ਮੈਨੇ ਉਨਸੇ ਕਹਾ ਥਾ ਕਿ ਆਪਣੇ 250 ਸਕੂਲੋਂ ਕੀ ਲਿਸਟ ਦੇ ਦੋ ਔਰ ਹਮਾਰੇ ਕੀ ਲੈ ਲੋ ਉਨ੍ਹੋਂਨੇ ਕਹਾ ਥਾ 250 ਸਕੂਲੋਂ ਕੀ ਲਿਸਟ ਦੋ ਤੋ ਹਮਨੇ ਤੋ ਦੇ ਦੀ ਜੀ ਤੋ ਮੈਂ ਮੁੱਖ ਮੰਤਰੀ ਜੀ ਕੇ ਹਲਕੇ ਮੇ ਸਕੂਲ ਦੇਖਨੇ ਆਇਆ ਥਾ ਮੁਝੇ ਪੂਰੀ ਉਮੀਦ ਥੀ ਕਿ ਯਹਾਂ ਪੇ ਤੋ ਉਨ੍ਹੋਂਨੇ ਆਪਣੇ ਆਪਣੇ ਹਲਕੇ ਮੇ ਤੋ ਸਕੂਲ ਬਹੁਤ ਅੱਛੇ ਕਰ ਰੱਖੇ ਹੋਂਗੇ ਪਰ ਯਹਾਂ ਦੇਖ ਕੇ ਲਗਾ ਕਿ ਟੀਚਰਸ ਕਾ ਟੋਇਲੇਟ ਦੇਖੋ ਸਭ ਸੜੇ ਹੋਏ ਹੈ ਬੱਚੋਂ ਕੋ ਟੋਇਲੇਟ ਸੜੇ ਹੋਏ ਹੈ ਬਦਬੂ ਆ ਰਹੀ ਹੈ ਮਿਡ ਡੇ ਮੀਲ ਕਾ ਕਮਰਾ ਜਿਸ ਮਿਡ ਡੇ ਮੀਲ ਬਣਨਾ ਚਾਹੀਏ ਥਾ ਉਹ ਮਿਡ ਡੇ ਮੀਲ ਕੇ ਲਈ ਬਣਾਇਆ ਗਿਆ ਹੋਗਾ ਉਸ ਮੇ ਬੰਦ ਪੜਾ ਹੋਇਆ ਹੈ ਅਭੀ ਦੇਖਾ ਆਪਣੇ ਸਟੋਰ ਬਣੇ ਹੋਏ ਹੈ ਟੀਚਰ ਨਹੀਂ ਹੈ ਇੱਕ ਹੀ ਟੀਚਰ ਹੈ ਇੱਕ ਟੀਚਰ ਹੈ ਜੀ ਔਰ ਬਸ ਐਸੀ ਚੱਲ ਰਿਹਾ ਹੈ ਤੋ ਇਹ ਪੰਜਾਬ ਕੇ ਬੱਚੇ ਜੋ ਹੈ ਨਾ ਚੰਨੀ ਸਾਹਿਬ ਕਹਿ ਤੋ ਸਕਤੇ ਹੈ ਕਿ ਜੀ ਸਕੂਲ ਨੰਬਰ ਵਨ ਹੈ ਲੇਕਿਨ ਅਗਰ ਐਸੇ ਨੰਬਰ ਵਨ ਸਕੂਲ ਹੈ ਤੋ ਮੁਝੇ ਲਗਤਾ ਹੈ ਕਿ ਬਹੁਤ ਹੀ ਅਨਿਆਇ ਹੋ ਰਿਹਾ ਪੰਜਾਬ ਕੇ ਬੱਚੋਂ ਕੇ ਸਾਥ ਉਨ ਪੇਰੈਂਟਸ ਕੇ ਸਾਥ ਮੇਂ ਜੋ ਆਪਣੇ ਬੱਚੋਂ ਕੋ ਗਵਰਨਮੈਂਟ ਸਕੂਲ ਪੜ੍ਹਾਉਣਾ ਚਾਹੁੰਦੇ ਹੈ ਉਹਨਾਂ ਦਾ ਤਰਕ ਹੈ ਸ਼ਿਵਮਨੀ ਜੀ ਕਿ ਪੰਜਾਬ ਵੱਡਾ ਹੈ ਇੱਥੇ ਸਕੂਲ ਜ਼ਿਆਦਾ ਨੇ ਦਿੱਲੀ 'ਚ ਸਕੂਲ ਘੱਟ ਨੇ ਇਸ ਤਰਕ ਦਾ ਕੀ ਜਵਾਬ ਹੈ ਜੀ ਪੰਜਾਬ ਕੀ ਸਰਕਾਰ ਲੋਕ ਇਸ ਲਈ ਤੋਂ ਚੁਣਤੇ ਹੈ ਕਿ ਜ਼ਿਆਦਾ ਸਕੂਲ ਠੀਕ ਕਰ ਲਓ ਅਗਰ ਉਨਸੇ ਜ਼ਿਆਦਾ ਸਕੂਲ ਠੀਕ ਨਹੀਂ ਹੋਤੇ ਤੋ ਰਿਜ਼ਾਈਨ ਕਰ ਦੇ ਕਿਉਂਕਿ ਪੰਜਾਬ ਮੇਂ ਤੋ ਜੋ ਵੀ ਸਰਕਾਰ ਬਨੇਗੀ ਉਹ ਯਹੀ ਸੋਚ ਕੇ ਬਨੇਗੀ ਕਿ ਭਾਈ ਮੈਂ ਜ਼ਿਆਦਾ ਸਕੂਲ ਠੀਕ ਕਰੂੰਗਾ ਅਗਰ ਉਨਕੋ ਲਗਤਾ ਹੈ ਕਿ ਉਨਕੀ ਹੈਸੀਅਤ ਕੇ ਬਾਹਰ ਹੈ ਜ਼ਿਆਦਾ ਸਕੂਲ ਠੀਕ ਕਰਨਾ ਤੋ ਉਨਕੋ ਐਸੀ ਸਰਕਾਰ ਮੇਂ ਆਨਾ ਨਹੀਂ ਚਾਹੀਏ ਉਨਕੋ ਐਸੀ ਜਗ੍ਹਾ ਜਾਣਾ ਚਾਹੀਏ ਜਹਾਂ ਉਹ ਠੀਕ ਕਰ ਸਕੇ ਮਨੀ ਜੀ ਬਲੂ ਪ੍ਰਿੰਟ ਕੀ ਹੈ ਫਿਰ ਸਿੱਖਿਆ ਦਾ ਪੱਧਰ ਉੱਚਾ ਚੱਕਣ ਲਈ ਆਮ ਆਦਮੀ ਪਾਰਟੀ ਕੋਲ ਜੈਸੇ ਦਿੱਲੀ ਮੇਂ ਕੀਆ ਥਾ ਅਬ ਯੇ 2013 ਮੇਂ ਦਿੱਲੀ ਕੇ ਸਕੂਲੋਂ ਕੀ ਯਹੀ ਹਾਲਤ ਹੋਤੀ ਥੀ ਸਟੋਰ ਬਨੇ ਰਹਤੇ ਥੇ ਜਾਲੇ ਲਗੇ ਹੋਏ ਹੈਂ ਕਮਰੋਂ ਮੇਂ ਉੱਪਰ ਸੇ ਚੂ ਰਹੀ ਹੈਂ ਛਤੇਂ ਪਾਣੀ ਪਕੜਾ ਹੈ ਤੋ 2013 ਮੇਂ ਜਬ ਹਮ ਆਏ ਥੇ 14 ਮੇਂ ਤੋ ਦਿੱਲੀ ਕੇ ਸਕੂਲੋਂ ਕੀ ਯਹੀ ਹਾਲਤ ਹੋਤੀ ਥੀ ਤੋ 4-5 ਸਾਲ ਮਿਹਨਤ ਕਰਕੇ ਖੂਬ ਦਿੱਲੀ ਕੇ ਸਕੂਲ ਚਮਕਾਏ ਹੈ ਆਮ ਆਦਮੀ ਪਾਰਟੀ ਕੀ ਸਰਕਾਰ ਬਨੇਗੀ ਤੋ ਪੰਜਾਬ ਕੇ ਬੱਚੋਂ ਕੇ ਲਈ ਵੀ ਬਾਪੂ ਮੇਰਾ ਟਰੱਕ ਚਲਾਉਂਦਾ ਪਰ ਮੈਂ ਬਣਨਾ ਚਾਹੁੰਦਾ ਇੰਜੀਨੀਅਰ ਬਾਪੂ ਕਹਿੰਦਾ ਬਈ ਮੇਰਾ ਟਰੱਕ ਤੇਰੀ ਇੰਜੀਨੀਅਰਿੰਗ ਦਾ ਭਾਰ ਨਹੀਂ ਚੁੱਕ ਸਕਦਾ ਮੈਂ ਬਾਪੂ ਨੂੰ ਆਖਿਆ ਬਸ ਕੁਝ ਮਹੀਨੇ ਖੜ ਜਾ ਸਾਡਾ ਸੁਖਵੀਰ ਬਾਦਲ ਆ ਰਿਹਾ ਹੈ ਉਹਨੇ ਵਾਅਦਾ ਕੀਤਾ ਮੇਰੇ ਨਾਲ ਸਟੂਡੈਂਟ ਕਾਰਡ ਬਣਾ ਕੇ ਦੇਣ ਦਾ ਜਿਹਦੇ ਨਾਲ ਮੈਨੂੰ 10 ਲੱਖ ਦਾ ਲੋਨ ਮਿਲੇਗਾ ਨਾ ਘਰ ਗਿਰਵੀ ਨਾ ਗਰੰਟੀ ਅਕਾਲੀ ਸਰਕਾਰ ਦਊ ਗਰੰਟੀ ਨਾਲੇ ਵਿਆਜ ਵੀ ਫੀਸ ਲੈਪਟਾਪ ਜਹਾਜ਼ ਦੀਆਂ ਟਿਕਟਾਂ ਵੀਜ਼ਾ ਸਭ ਮਿਲ ਜਾਣਾ ਮੈਨੂੰ ਮੈਂ ਬਣਾਂਗਾ ਇੰਜੀਨੀਅਰ ਨਾਲੇ ਸੁਖਵੀਰ ਜੋ ਕਹਿੰਦਾ ਹੈ ਸੋ ਕਰਦਾ ਹੈ